ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਬਰਸਾਤੀ ਮੌਸਮ ਚ ਹਿਮਾਚਲ ਪ੍ਰਦੇਸ਼ ਦੇ ਵਿਚ ਕੁਦਰਤ ਆਪਣਾ ਕਹਿਰ ਢਾ ਰਹੀ ਹੈ। ਇੱਕ ਪਾਸੇ ਜਿੱਥੇ ਬਾਰਿਸ਼ ਨੇ ਲੋਕਾਂ ਦਾ ਜੀਣਾ ਬਹਾਲ ਕਰ ਦਿੱਤਾ ਹੈ, ਉੱਥੇ ਦੂਸਰੇ ਪਾਸੇ ਪਾਣੀ ਦੇ ਨਾਲ ਨਾਲ ਹੁਣ ਨਵੀਂ ਸਮੱਸਿਆ ਵੀ ਸਾਹਮਣੇ ਆ ਗਈ ਹੈ। ਅਗਲੀਆਂ ਤਸਵੀਰਾਂ ਜੋ ਤੁਹਾਨੂੰ ਵਿਖਾਣ ਜਾ ਰਹੇ ਹਾਂ ਉਹ ਤੁਸੀਂ ਸ਼ਾਇਦ ਹੀ ਕਦੀ ਪਹਿਲਾਂ ਵੇਖੀਆਂ ਹੋਣ। ਹਿਮਾਚਲ ਪ੍ਰਦੇਸ਼ ਦੇ ਵਿੱਚ ਪਾਣੀ ਦੇ ਦਬਾਅ ਦੇ ਨਾਲ ਹੁਣ ਤਾਂ ਪਹਾੜ ਵੀ ਖੁਰਨੇ ਸ਼ੁਰੂ ਹੋ ਗਏ ਨੇ। ਚੰਬਾ ਪਠਾਨਕੋਟ ਰੋਡ ਤੇ ਟੁਡਿਆਰਾ ਪਿੰਡ ਦੇ ਕੋਲ ਇੱਕ ਪਹਾੜ ਦੇਖਦੇ ਹੀ ਦੇਖਦੇ ਪੰਜੀਰੀ ਬਣ ਗਿਆ। ਲੋਕਾਂ ਨੇ ਇਹ ਨਜ਼ਾਰਾ ਕੈਮਰੇ 'ਚ ਕੈਦ ਕਰ ਲਿਆ, ਪਰ ਇਸ ਘਟਨਾ ਦੇ ਨਾਲ ਹਿਮਾਚਲ 'ਚ ਲੋਕ ਦਹਿਸ਼ਤ 'ਚ ਨੇ। ਅਗਲੀਆਂ ਤਸਵੀਰਾਂ 'ਚ ਤੁਸੀਂ ਦੇਖੋ ਕਿਵੇਂ ਹੋਈ ਸਾਰੀ ਘਟਨਾ। ਉਹ ਬੰਦੇ ਲੱਗੀ ਹੈ ਪੱਥਰ, ਬੰਦੇ ਦੇਖੋ ਇਸੀ ਪੁੱਛੋ, ਇਸੀ ਵਜੇ ਪੱਥਰ ਵੱਜੋ, ਇਸੀ ਆ ਇਸੀ 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 ਬੰਦੇ ਵੱਜੇ ਕਿੱਥੇ ਵੱਜਿਆ ਜੀ ਪੱਥਰ, ਬੜੇ ਬੰਦੇ ਟਾਵਰ, ਇਹਦੇ ਟਾਵਰ ਵੀ ਲਾ ਦੋ, ਟਾਵਰ ਵੀ ਲਾਈ ਤੇ ਉਹ ਟਾਵਰ ਵੀ ਜਾਣ ਵਾਲਾ ਏ ਆਡੀਓ ਸਾਡਾ ਇੱਕ ਆ ਇੱਕ ਕੱਟੀ ਹੋਣੀ ਹੈ ਨਾ ਬੰਦੇ ਪੱਥਰ ਨਹੀਂ ਵਾਲਾ ਕੁੱਤੇ ਰੋਏ ਛੋਟੜੀਆ ਉੱਪਰ ਆ ਪੂਰਾ ਆਈਆ ਤੇ ਸਾਡੇ ਲਿਆ ਆੜੀ ਆੜੀ ਆਓ ਉਹ ਪੂਰਾ ਲੇ ਆ ਕੋਈ ਜਾਣਾ ਹੋਣਾ ਟਾਵਰ ਲਗਾ ਲੈਣਾ ਛੋਟੜੀਆ ਛੋਟੂ ਵੱਡੇ ਕੁੱਤੇ ਰੋਏ ਛੋਟੜੀਆ ਉੱਪਰ ਆ ਪੂਰਾ ਆਈਆ ਤੇ ਸਾਡੇ ਲਿਆ ਆੜੀ ਆੜੀ ਆਓ ਉਹ ਪੂਰਾ ਲੇ ਆ ਕੋਈ ਜਾਣਾ ਹੋਣਾ ਟਾਵਰ ਲਗਾ ਲੈਣਾ ਛੋਟਾ ਜਿਹਾ